ਬੜੇ ਜਾਦੇ ਜ਼ਿਮੀਦਾਰ ਜਨਾਨੇ ਪਸ਼ੂ ਰੱਖੇ ਨੇ ਇਸ ਪ੍ਰੋਬਲਮ ਦੇ ਵਿੱਚੋਂ ਦੀ ਲੰਘਦੇ ਨੇ ਕਿ ਉਹਨਾਂ ਦਾ ਪਸ਼ੂ ਜਾਂ ਤੇ ਇੱਕਦਮ ਹੀ ਦੁੱਧ ਤੋਂ ਘਟ ਜਾਂਦਾ ਹੈ ਜਾਂ ਫਿਰ ਸੂਣ ਤੋਂ ਬਾਅਦ ਦੇ ਵਿੱਚ ਜਿੰਨੀ ਆਪਾਂ ਉਹਦੇ ਤੋਂ ਉਮੀਦ ਲਾਈ ਹੁੰਦੀਏ ਉਹਨੇ ਦੁੱਧ ਤੱਕ ਉਹ ਪਸ਼ੂ ਜਿਹੜਾ ਆਪਣਾ ਨਹੀਂ ਜਾਂਦਾ ਜਾਂ ਫਿਰ ਕਈ ਵਾਰੀ ਕੋਈ ਆਪਾਂ ਇੰਜੈਕਸ਼ਨ ਲਵਾ ਲੈਨੇ ਆ ਜਾਂ ਕੋਈ ਦਵਾਈ ਦੇ ਦਿੰਨੇ ਆ ਜਿਹਦੇ ਨਾਲ ਦੁੱਧ ਤੋਂ ਘਟ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਦੇ ਵਿੱਚ ਉਹਨਾਂ ਦੁੱਧ ਉਹ ਜਿਹੜਾ ਆਪਣਾ ਪਸ਼ੂ ਏ ਉਹਦੇ ਤੱਕ ਦੁਬਾਰੇ ਨਹੀਂ ਜਾਂਦਾ ਕਈ ਤਰ੍ਹਾਂ ਦੀਆਂ ਚੀਜ਼ਾਂ ਕਈ ਤਰ੍ਹਾਂ ਦੇ ਪਾਊਡਰ ਕਈ ਤਰ੍ਹਾਂ ਦੀਆਂ ਫੀਡਾਂ ਜ਼ਿਮੀਦਾਰ ਆਮ ਵਰਤਦੇ ਰਹਿੰਦੇ ਨੇ ਔਰ ਉਹਨਾਂ ਦੇ ਅਸਰ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉਹਨਾਂ ਦੇ ਸਾਈਡ ਇਫੈਕਟ ਆਪਾਂ ਨੂੰ ਜ਼ਿਆਦੇ ਪਸ਼ੂਆਂ ਦੇ ਉੱਤੇ ਵੇਖਣ ਨੂੰ ਮਿਲ ਜਾਂਦੇ ਨੇ ਜੇਕਰ ਤੁਹਾਡਾ ਵੀ ਕੋਈ ਪਸ਼ੂ ਦੁੱਧ ਤੋਂ ਘਟ ਚੁੱਕਾ ਹੈ ਬਿਲਕੁਲ ਡਾਊਨ ਹੋ ਚੁੱਕਾ ਹੈ ਕਦੇ ਦੁੱਧ ਤੋਂ ਨਹੀਂ ਵੱਧਦਾ ਤੁਸੀਂ ਦਵਾਈਆਂ ਦੇ ਦੇ ਕੇ ਵੀ ਥੱਕ ਚੁੱਕੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਤਰੀਕਾ ਜਿਹੜਾ ਫਾਰਮੂਲਾ ਆਪਾਂ ਤੁਹਾਨੂੰ ਦੱਸਾਂਗੇ ਉਹ ਫਾਰਮੂਲਾ ਸਿਰਫ 6-7 ਦਿਨ ਹੀ ਤੁਸੀਂ ਆਪਣੇ ਪਸ਼ੂ ਨੂੰ ਦੇ ਦਿਓ ਜੇ ਤੇ ਪਹਿਲੇ ਦਿਨ ਤੋਂ ਹੀ ਪਹਿਲੀ ਖਰਾਕ ਦੇਣ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਉਹਦੇ ਰਿਜ਼ਲਟ ਜਿਹੜੇ ਨੇ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਤੁਹਾਡਾ ਪਸ਼ੂ ਜਿਹੜਾ ਉਹਨੂੰ ਮੰਨ ਕੇ ਚੱਲੋ ਸਵੇਰੇ ਤੁਸੀਂ ਇਹ ਫਾਰਮੂਲਾ ਦੋਗੇ ਤਾਂ ਸ਼ਾਮ ਤੱਕ ਉਹਦੇ ਦੁੱਧ ਦੇ ਵਿੱਚ ਵਾਧਾ ਜਿਹੜਾ ਤੁਹਾਨੂੰ ਵੇਖਣ ਨੂੰ ਮਿਲੇਗਾ। ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਦੇਖਿਓ ਤੇ ਜਿਹੜੇ ਕਿਸਾਨਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਬਿਲਕੁਲ ਇਸੇ ਤਰ੍ਹਾਂ ਦੀਆਂ ਹੋਰ ਆਉਣ ਵਾਲੀਆਂ ਵੀਡੀਓ ਜਿਹੜੀਆਂ ਨੇ ਉਹ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਪਸ਼ੂਆਂ ਦਾ ਦੁੱਧ ਵਧਾਉਣ ਦੇ ਵਾਸਤੇ ਬਾਵੇਂ ਕੋਈ ਗਾਂ ਹੋਵੇ ਜਾਂ ਮੱਝ ਹੋਵੇ ਜ਼ਿੰਮੇਦਾਰ ਜ਼ਿਆਦਾਤਰ ਡਾਕਟਰਨ ਦੀ ਜਿਹੜੀ ਸਹਾਇਤਾ ਲੈਂਦੇ ਨੇ ਇੰਜੈਕਸ਼ਨ ਲਵਾਉਂਦੇ ਨੇ। ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ ਵਿਟਾਮਿਨ ਹੀ ਲਾਈ ਜਾਂਦੇ ਨੇ ਦੁੱਧ ਘਟ ਜਾਵੇ ਤਾਂ ਵੀ ਵਿਟਾਮਿਨ ਜੇ ਪਸ਼ੂ ਡਾਊਨ ਹੋ ਜਾਵੇ ਤਾਂ ਵੀ ਵਿਟਾਮਿਨ ਜਾਂ ਫਿਰ ਆਪਾਂ ਮਿਨਰਲ ਮਿਕਸਚਰ ਦਾ ਅੱਜਕੱਲ ਆਪਾਂ ਨੂੰ ਪਤਾ ਲੱਗ ਗਿਆ ਹੈ ਤੇ ਆਪਾਂ ਮਿਨਰਲ ਮਿਕਸਚਰ ਵੱਖ-ਵੱਖ ਕੰਪਨੀਆਂ ਦੇ ਆਉਂਦੇ ਨੇ ਉਹ ਲਿਆ ਕੇ ਪਾਉਣੇ ਸ਼ੁਰੂ ਕਰ ਦਿੰਨੇ ਆ ਜ ਦੁੱਧੋਂ ਘੜਦਾ ਹੈ ਜਾਂ ਕਈ ਤਰ੍ਹਾਂ ਦੀਆਂ ਫੀਡਾਂ ਦੀ ਆਪਾਂ ਵਰਤੋਂ ਕਰਦੇ ਆਂ ਪਰ ਇਹ ਜਿਹੜੇ ਵੀ ਤੁਸੀਂ ਤਰੀਕੇ ਵਰਤਦੇ ਹੋ ਇਹਨਾਂ ਦੀ ਜਿਹੜੀ ਮਾਂ ਹੈ ਜਿਹਦੇ ਵਿੱਚੋਂ ਇਹ ਤਰੀਕੇ ਨਿਕਲੇ ਕੇ ਬਾਹਰ ਆਏ ਨੇ ਉਸ ਮਾਂ ਦੀ ਤੁਸੀਂ ਵਰਤੋਂ ਕਰਨੀ ਆ ਤਾਂ ਕੋਈ ਵੀ ਅੜੇ ਤੋਂ ਅੜਿਆ ਪਸ਼ੂ ਦੁੱਧ ਤੋਂ ਨਾਮ ਵਧੇ ਇਦਾਂ ਕਦੇ ਹੋ ਹੀ ਨਹੀਂ ਸਕਦਾ ਸੋ ਇਸ ਫਾਰਮੂਲੇ ਨੂੰ ਬਣਾਉਣ ਦੇ ਵਾਸਤੇ ਤੁਸੀਂ ਜਿਹੜੀਆਂ ਡੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਲੈਣੀ ਹੈ 2 ਕਿਲੋ ਧਾਗੇ ਵਾਲੀ ਮਿਸ਼ਰੀ ਜਿਹਦੇ ਵਿੱਚ ਢਾਗਾ ਹੁੰਦਾ ਹੈ ਉਹ ਮਿਸ਼ਰੀ ਤੁਹਾਨੂੰ ਆਮ ਹਰ ਇੱਕ ਕਰਿਆਨਾ ਸਟੋਰ ਦੇ ਉੱਤੋਂ ਲਗਭਗ ਮਿਲ ਜਾਊਗੀ ਉਹ ਜਿਹੜੀ ਮਿਸ਼ਰੀ ਤੁਸੀਂ 2 ਕਿਲੋ ਲੈਣੀ ਹੈ ਇਹਦੇ ਨਾਲ 500 ਗ੍ਰਾਮ ਤੁਸੀਂ ਚਿੱਟਾ ਜੀਰਾ ਲੈਣਾ ਹੈ ਜੀਰਾ ਦੂਸਰਾ ਨਹੀਂ ਆਪਾਂ ਲੈਣਾ ਲਾਲ ਜੀਰਾ ਜਾਂ ਦੂਸਰਾ ਜੀਰਾ ਨਹੀਂ ਆਪਾਂ ਲੈਣਾ ਚਿੱਟੇ ਜੀਰੇ ਦੀ ਆਪਾਂ ਵਰਤੋਂ ਕਰਨੀ ਹੈ ਜੀਰੇ ਤੋਂ ਬਾਅਦ ਦੇ ਵਿੱਚ ਅੱਧਾ ਕਿਲੋ ਆਪਾਂ ਸੌਫ ਲੈਣੀ ਹੈ 1 ਕਿਲੋ ਆਪਾਂ ਮੇਥੀ ਦਾਣਾ ਲੈਣਾ ਹੈ 500 ਗ੍ਰਾਮ ਆਪਾਂ ਤਾਰਾ ਮੀਰਾ ਲੈਣਾ ਹੈ ਤੇ 1 ਕਿਲੋ ਆਪਾਂ ਲੈਣੀ ਹੈ ਇਹਦੇ ਨਾਲ ਗਲਕੰਦ ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹਨਾਂ ਦੇ ਵਿੱਚੋਂ ਗਲਕੰਦ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਪੀ ਕੇ ਚੰਗੀ ਤਰ੍ਹਾਂ ਉਹਦਾ ਪਾਊਡਰ ਜਿਹੜਾ ਬਣਾ ਲੈਣਾ ਹੈ ਤੇ 2.5 ਸੌ ਗ੍ਰਾਮ ਦੀ ਜਿਹੜੀ ਉਹਨਾਂ ਦੀ ਖਰਾਕ ਹੈ ਉਹ ਤੁਸੀਂ ਵੰਡ ਕੇ ਵੱਖੋ-ਵੱਖ ਕਰ ਲੈਣੀ ਹੈ ਇਹ 2.5 ਸੌ ਗ੍ਰਾਮ ਜਿਹੜੀ ਤੁਹਾਡੀ ਖਰਾਕ ਬਣ ਗਈ ਹੈ ਇਹਦੇ ਨਾਲ ਹਿੱਸੇ ਉਨੇ ਹੀ ਗਲਕੰਦ ਦੇ ਤੁਸੀਂ ਵੰਡ ਲੈਣੇ ਨੇ ਤੇ ਗਲਕੰਦ ਵਿੱਚ ਹੀ ਮਿਕਸ ਕਰਕੇ ਤੁਸੀਂ ਇੱਕ ਖਰਾਕ ਸਵੇਰੇ ਤੇ ਇੱਕ ਖਰਾਕ ਜਿਹੜੀ ਸ਼ਾਮ ਨੂੰ ਆਪਣੇ ਕਿਸੇ ਵੀ ਗਾਂ ਹੋਵੇ ਜਾਂ ਮੱਝ ਹੋਵੇ ਜਿਹੜਾ ਵੀ ਤੁਹਾਡਾ ਪਸ਼ੂ ਦੁੱਧ ਤੋਂ ਘਟਿਆ ਏ ਉਹਨੂੰ ਇਹਦੜੀ ਖਰਾਕ ਆ ਤੁਸੀਂ ਦੇ ਦੇਣੀ ਏ ਦੇਣ ਦਾ ਤਰੀਕਾ ਬੜਾ ਸੌਖਾ ਏ ਜਾਂ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਲਾ ਕੇ ਇਹਦਾ ਇੱਕ ਪੇੜਾ ਬਣਾ ਕੇ ਆਪਣੇ ਪਸ਼ੂ ਨੂੰ ਆਪਣੇ ਜਾਨਵਰ ਨੂੰ ਦੇ ਦਿਓ ਜਾਂ ਫਿਰ ਇਹਨੂੰ ਤੁਸੀਂ ਵੰਡ ਦੇ ਵਿੱਚ ਮਿਕਸ ਕਰਕੇ ਵੀ ਦੇ ਸਕਦੇ ਜੇ ਇਹਨੂੰ ਚੋਖਰ ਦੇ ਵਿੱਚ ਮਿਕਸ ਕਰਕੇ ਵੀ ਤੁਸੀਂ ਉਹਨੂੰ ਖਵਾ ਸਕਦੇ ਜੇ ਬੜੇ ਆਰਾਮ ਦੇ ਨਾਲ ਪਸ਼ੂ ਖਾ ਲੈਣਗੇ ਕੋਈ ਇਹਦੇ ਵਿੱਚ ਕੌੜੀ ਜਾਂ ਕੋਈ ਇਹਦੇ ਵਿੱਚ 스멜 ਆਉਣ ਵਾਲੀ ਕੋਈ ਵੀ ਇਦਾਂ ਦੀ ਚੀਜ਼ ਨਹੀਂਗੀ ਹੈਗੀ ਇਹ ਜਿਹੜਾ ਫਾਰਮੂਲਾ ਇਦਾਂ ਦਾ ਹੈ ਕਿ ਇਹਦੀ ਪਹਿਲੀ ਖਰਾਕ ਤੁਸੀਂ ਦੋਗੇ ਤਾਂ ਸ਼ਾਮ ਨੂੰ ਹੀ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਬਸ਼ੂ ਦੇ ਉੱਤੇ ਦੇਖਣ ਨੂੰ ਮਿਲ ਜਾਣਗੇ ਉਹਦਾ ਦੁੱਧ ਜਿਹੜਾ ਵੱਧ ਜਾਊਗਾ 5 ਦਿਨ ਤੁਸੀਂ ਇਹ ਜਿਹੜਾ ਦੋ-ਦੋ ਟਾਈਮ ਦੇਣਾ ਹੈ ਇੱਕ ਵਾਰ ਸਵੇਰੇ ਤੇ ਇੱਕ ਵਾਰ ਸ਼ਾਮ ਨੂੰ 5-6 ਦਿਨ ਬਾਅਦ ਦੇ ਵਿੱਚੋਂ ਦੀ ਤੁਸੀਂ ਇਹ ਜਿਹੜਾ ਫਾਰਮੂਲਾ ਹੈ ਇੱਕ ਟਾਈਮ ਦਿਨ ਦੇ ਵਿੱਚ ਕਰ ਦੇਣਾ ਹੈ ਚਾਹੇ ਤੁਸੀਂ ਦਿਨ ਨੂੰ ਦੇ ਦਿਓ ਜਾਂ ਰਾਤ ਨੂੰ ਇਹ ਫਾਰਮੂਲਾ ਵਰਤਣ ਤੋਂ ਬਾਅਦ ਦੇ ਵਿੱਚ ਕਿੰਨੇ ਵੀ ਪਸ਼ੂ ਦੇ ਸੈੱਲ ਘਟੇ ਹੋਣ ਕਿੰਨਾ ਵੀ ਪਸ਼ੂ ਡਾਊਨ ਹੋਵੇ ਕਿੰਨਾ ਵੀ ਦੁੱਧ ਕਿਉਂ ਨਾ ਘਟਿਆ ਹੋਵੇ ਬਹੁਤ ਥੋੜੇ ਦਿਨਾਂ ਦੇ ਅੰਦਰ ਅੰਦਰ ਦੁਬਾਰੇ ਪਸ਼ੂ ਜਿਹੜਾ ਪੀਕ ਲੈਵਲ ਤੇ ਤੁਹਾਡਾ ਚੱਲਿਆ ਜਾਊਗਾ ਘੱਟ ਖਰਚੇ ਦੇ ਨਾਲ ਤੇ ਬਿਨਾ ਕੋਈ ਦਵਾਈ ਦਿੱਤੇ ਆ ਸੋ ਇਹ ਇੱਕ ਬੜੀ ਜਾਦੀ ਸਪੈਸ਼ਲ ਚੀਜ਼ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਉਸ ਵੀਡੀਓ ਨੂੰ ਤੁਸੀਂ ਹੋਰ ਕਿਸਾਨਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਬੜਾ ਜ਼ਿਆਦਾ ਬਹੁਤ ਬਹੁਤ ਧੰਨਵਾਦ